ਇਹ ਕੋਈ ਸ਼ੱਕ ਨਹੀਂ ਤੁਸੀਂ ਨਵੇਕਲੇ ਐਕਸਪੈਰੀਮੈਂਟ ਕੀਤੇ ਰੱਬ ਦਾ ਰੇਡੀਓ ਦੇ ਵਿੱਚ ਸਰਦਾਰ ਮੁਹੰਮਦ ਦੇ ਵਿੱਚ ਉਹ ਖੈਰ ਸੱਚੀ ਸਟੋਰੀ ਸੀ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਮੰਨਦੇ ਹੋ ਕਿ ਵੱਖਰੀ ਲੀਹ ਪਾਉਣੀ ਬਹੁਤ ਔਖਾ ਕੰਮ ਹੈ ਔਖਾ ਹੁੰਦਾ ਭਾਜੀ ਜਿਵੇਂ ਕਹਿੰਦੇ ਆ ਵੀ ਆਪਾਂ ਹੁਣ ਜਿਵੇਂ ਚਾਹੇ ਮਸਤਾਨੇ ਵਾਲਾ ਹੀ ਸੀਗਾ ਸਾਨੂੰ ਪਤਾ ਸਾਨੂੰ ਕਿੰਨੀਆਂ ਇਹਦੇ ਵਿੱਚ ਮੁਸ਼ਕਲਾਂ ਆਈਆਂ ਜੀ ਸ਼ੂਟ ਸਟਾਰਟ ਕਰਨ ਤੋਂ ਲੈ ਕੇ ਮਤਲਬ ਇੱਕ ਵਾਰ ਇਹੀ ਲਾ ਲਓ ਵੀ ਬਹੁਤ ਲੋਕਾਂ ਨੇ ਵੀ ਜਾਂ ਬਹੁਤ ਇੰਡਸਟਰੀ ਦੇ ਵਿੱਚ ਬਹੁਤ ਬੰਦਿਆਂ ਨੂੰ ਇਹ ਲੱਗਦਾ ਸੀ ਵੀ ਇਹਨਾਂ ਤੋਂ ਬਣਨੀ ਨੀ ਜੀ ਜਦੋਂ ਸਾਰੇ ਕਹਿੰਦੇ ਨਹੀਂ ਗੱਲਾਂ ਹੀ ਨੇ ਯਾਰ ਬਣਨੀ ਨੀ ਬਣਨੀ ਨੀ ਜਦੋਂ ਅੱਗੇ ਹੋ ਜਾਂਦੀ ਸੀ ਫੇਰ ਸਾਰੇ ਹੀ ਉਹ ਸਾਰੀਆਂ ਚੀਜ਼ਾਂ ਆਪਣੇ ਤੱਕ ਪਹੁੰਚ ਜਾਂਦੀਆਂ ਹੁੰਦੀਆਂ ਆਲੇ ਦੁਆਲੇ ਜੋ ਬਿਲਕੁਲ ਪਰ ਗੱਲ ਇਹ ਆ ਜਿਹੜਾ ਪਹਿਲੀ ਵਾਰ ਤੁਸੀਂ ਜਦੋਂ ਲੰਘੋ ਸੰਘਣੇ ਜੰਗਲ ਦੇ ਵਿੱਚੋਂ ਤੁਸੀਂ ਤਾਂ ਲਹੂ ਲਹਾਨ ਹੋ ਜਾਂਦੇ ਹੋ ਪਰ ਤੁਸੀਂ ਇੱਕ ਵਾਰ ਆਪਣੀਆਂ ਪੈੜਾਂ ਜ਼ਰੂਰ ਛੱਡ ਦਿੰਦੇ ਹੋ ਜਿਹਦੇ ਤੇ ਹੋਰ ਵੀ ਤੁਹਾਡੇ ਭੈਣ ਭਰਾ ਤੁਰਦੇ ਆ ਤੁਹਾਡੀ ਬਾਂਹ ਫੜ ਕੇ ਤੁਰਦੇ ਆ ਜਾਂ ਤੁਸੀਂ ਕਿਸੇ ਦੀ ਬਾਂਹ ਫੜ ਕੇ ਤੋਰਦੇ ਹੋ ਤਾਂ ਫਿਰ ਰਾਹ ਚੌੜਾ ਹੋਣ ਨੂੰ ਟਾਈਮ ਨਹੀਂ ਲੱਗਦਾ ਉਹਨਾਂ ਲੋਕਾਂ ਦੇ ਨਾਂ ਵੀ ਲੈਣਾ ਚਾਹੁੰਦੇ ਜਿਹੜੇ ਰਾਹਾਂ ਦੇ ਰੁੱਖ ਬਣੇ ਨਹੀਂ ਰੁੱਖ ਭਾਜੀ ਕੋਈ ਏਦਾਂ ਰੁੱਖ ਨਹੀਂ ਬਣਦਾ ਹੁੰਦਾ ਮਤਲਬ ਇਹ ਸਮਾਂ ਹੁੰਦਾ ਕਈ ਵਾਰ ਉਹ ਵੀ ਕੋਈ ਗਲਤ ਨਹੀਂ ਹੁੰਦੇ ਦੁਨੀਆਦਾਰੀ ਨੂੰ ਤੁਸੀਂ ਆਪਣਾ ਵਿਜ਼ਨ ਨਹੀਂ ਦੇ ਸਕਦੇ ਤੁਸੀਂ ਹੁਣ ਜੋ ਤੁਸੀਂ ਆਪਣੀ ਜ਼ਿੰਦਗੀ ਚ ਸੋਚਿਆ ਜੇ ਤੁਹਾਡਾ ਕੋਈ ਵਿਜ਼ਨ ਹੈਗਾ ਐਕਸੈਪਸ਼ਨਲ ਆ ਤੁਸੀਂ ਕੁਛ ਐਕਸਟਰਾਆਰਡੀਨਰੀ ਸੋਚ ਰਹੇ ਹੋ ਜਿਹੜਾ ਆਲਰੇਡੀ ਨਹੀਂ ਹੈਗਾ ਪ੍ਰੂਵਨ ਐਂਡ ਟੈਸਟਡ ਨਹੀਂ ਹੈ ਜੀ 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 ਤਾਂ ਤੁਹਾਡੇ ਤੇ ਮਾਣ ਤੇ ਤੁਹਾਨੂੰ ਨਾਲ ਤੁਰਨ ਵਾਲੇ ਬੰਦੇ ਘੱਟ ਜਾਣੇ ਜੀ ਜੀ ਇਹਦਾ ਮਤਲਬ ਇਹ ਨਹੀਂ ਵੀ ਉਹ ਗਲਤ ਨੇ ਹੁਣ ਇੱਕ ਟਾਈਮ ਤੇ ਦ੍ਰਿਸ਼ਟੀਕੋਣ ਵੱਖਰਾ ਗੈਲੀਲੀਓ ਗੈਲੀਲੀ ਸੀਗਾ ਜਿਹੜਾ ਗੈਲੀਲੀਓ ਗੈਲੀਲੀ ਨੂੰ ਇੱਕ ਟਾਈਮ ਤੇ ਸਾਰਿਆਂ ਨੇ ਇਹ ਕਹਿਤਾ ਵੀ ਇਹ ਗਲਤ ਆ ਕਈ ਵਾਰ ਸਮਾਂ ਗਲਤ ਹੁੰਦਾ ਲੋਕ ਨਹੀਂ ਗਲਤ ਹੁੰਦੇ ਇਹ ਉਹੀ ਚੀਜ਼ ਹੁੰਦੀ ਹੈ ਤੁਸੀਂ ਆਪਣਾ ਵਿਜ਼ਨ ਨਾ ਛੱਡੋ ਹੁਣ ਜੇ ਤੁਸੀਂ ਵੀ ਕਿਸੇ ਵੀ ਸਪੈਸ਼ਲ ਬੰਦੇ ਦੀ ਗੱਲ ਜੇ ਗਾਥਾ ਆਪਾਂ ਕਦੇ ਲਿਖਾਂਗੇ ਸੁਣਾਂਗੇ ਪੜਾਂਗੇ ਤਾਂ ਬਸ ਉਹਦੀ ਇੱਕ ਚੀਜ਼ ਹੁੰਦੀ ਹੈ ਵੀ ਉਹਦਾ ਟਰੈਕ ਅੱਡ ਹੁੰਦਾ ਬਿਲਕੁਲ ਸਹੀ ਉਹ ਮਤਲਬ ਕੋਈ ਗਲਤ ਆ ਸਹੀ ਨੀ ਸਾਰੇ ਇਹੀ ਜਿਹੜੇ ਆਪਾਂ ਨੂੰ ਲੱਗਦੇ ਆ ਵੀ ਜਿਹੜੇ ਕਹਿੰਦੇ ਸੀ ਤੇ ਉਹੀ ਬਾਅਦ ਚ ਸਾਨੂੰ ਫੋਨ ਵੀ ਆਏ ਨੇ ਵੀ ਬਾਈ ਬੜੀ ਖੁਸ਼ੀ ਹੋਈ ਯਾਰ ਤੁਸੀਂ ਪੂਰੀ ਕਰ ਲਈ ਉਹ ਮਤਲਬ ਇੱਥੇ ਕੋਈ ਉਹ ਨਹੀਂ ਹੁੰਦਾ ਵੀ ਕੋਈ ਕਿਸੇ ਦੀ ਈਰਖਾ ਜਾਂ ਜੈਲਸੀ ਨਹੀਂ ਹੁੰਦੀ ਸਿਰਫ ਸਮਾਂ ਹੁੰਦਾ ਬਸ ਗੱਲ ਇਹ ਹੁੰਦੀ ਹੈ ਵਿਜ਼ਨ ਤੇ ਸਮਾਂ ਸਮਝ ਕੇ ਵੱਡਾ ਰੱਖਣ ਦੀ ਲੋੜ ਆ ਸਮ ਟਾਈਮ ਵੱਡੇ ਕੰਮਾਂ ਦੇ ਪਿੱਛੇ ਸਾਰਿਆਂ ਦੇ ਐਫਰਟ ਦੀ ਲੋੜ ਹੁੰਦੀ ਆ ਤੇ ਜਦੋਂ ਆਪਾਂ ਕੋਈ ਵੱਡਾ ਮੋਰਚਾ ਫਤਿਹ ਕਰਦੇ ਹਾਂ ਨਾ ਤਾਂ ਉਹ ਸਾਰਿਆਂ ਦਾ ਸਾਂਝਾ ਹੋਣੇ ਪੜਦਾ ਬਿਲਕੁਲ ਉਹ ਕਿਸੇ ਇੱਕ ਦਾ ਨਹੀਂ ਰਹਿੰਦਾ ਜਦੋਂ ਇੱਕ ਕੋਈ ਵੱਡਾ ਕੰਮ ਕਰਦੇ ਹਾਂ ਆਪਾਂ ਤਾਂ ਆਪਾਂ ਹੌਲੀ ਹੌਲੀ ਤੁਸੀਂ ਅੱਜ ਕੋਈ ਵੀ ਚੀਜ਼ ਵੱਡੀ ਕਰਦੇ ਹੋ ਜੀ ਤਾਂ ਤੁਹਾਡੀ ਸਿਰਫ ਅੱਜ ਵੱਡੀ ਆ ਉਹ ਕੱਲ ਤੋਂ ਉਹ ਐਵਰੇਜ ਸ਼ੁਰੂ ਹੋ ਜਾਣੀ ਆ ਬਿਲਕੁਲ ਬਿਲਕੁਲ ਜਦੋਂ ਅੱਜ ਆਪਾਂ ਇਹ ਚੀਜ਼ ਬਣਾਈ ਆ ਅੱਜ ਇਹ ਵੱਡੀ ਆ ਜੀ ਪਰ ਜੇ ਤੁਸੀਂ ਹੁਣ ਤੋਂ 6 ਮਹੀਨੇ ਨੂੰ ਦੇਖੋਗੇ ਹੋ ਸਕਦਾ ਇਹ ਪੰਜਾਬੀ ਸਿਨੇਮੇ ਦਾ ਇੱਕ ਐਵਰੇਜ ਪ੍ਰੋਜੈਕਟ ਬਣ ਜਾਵੇ ਪੰਜਾਬੀ ਸਿਨੇਮਾ ਇਹ ਤੋਂ ਵੱਡੇ ਕਰਨ ਦੇ ਵਿੱਚ ਜ਼ੋਰ ਲਾਵੇ ਵੈਰੀ ਨਾਈਸ ਵੀ ਆਪਾਂ ਇਹਨੂੰ ਮੈਂ ਤਾਂ ਇਹ ਚਾਹੁੰਦਾ ਵੀ ਆਪਾਂ ਹੌਲੀ ਹੌਲੀ ਮਸਤਾਨੇ ਵਾਲੀਆਂ ਫਿਲਮਾਂ ਨੂੰ ਐਵਰੇਜ ਫਿਲਮਾਂ ਕਰੀਏ ਹਾਂ ਤੇ ਇਹ ਤੋਂ ਵੱਡੇ ਹਰੇਕ ਸਾਲ ਪ੍ਰੋਜੈਕਟ ਕਰੀਏ ਬਹੁਤ ਸੋਹਣੀ ਗੱਲ ਆ ਬਹੁਤ ਵਧੀਆ ਵਿਜ਼ਨ ਆ Subscribe now and press the bell icon. Never miss an update.